संतोख सिंह धीर मेरा उजड़िया गवांडी जरनैल सड़क उत्ते चार मीला विचकार मजब दे मारियां दा काफला नवें वतन नूं जा रहा सी। मैं कितों बाहरों अपने पिंड वल नूं आ रहा सी। मेरी मंजिल तो कोई 2 मील उरे काफले दे अध विचाले साडी लारी दा कुछ विगड़ गया। सवारियां लैके नवाण विच पिंड गईयां ते ड्राइवर इंजन दा घुंड चुक के नुक्स टोण लग्गिया। सड़क दी खब्बी कन्नी उत्ते सुस्त चाल विच गोडे चीक रहे सन जिवें बोधे पईए ਧੁਰਾਂ ਉੱਤੇ ਮਜਬੂਰ ਘੁੰਮਦੇ ਹੁਣ। ਭੁੱਖੇ ਹੌਂਕ ਦੇ ਬਲਦਾਂ ਦੀਆਂ ਲਿਫੀਆਂ ਧੌਣਾਂ ਉੱਤੇ ਟੱਬਰ ਟੱਬਰ ਦਾ ਭਾਰ ਸੀ। ਬਲਦ ਬਿਮਾਰਾਂ ਵਾਂਗ ਤੁਰਦੇ ਸਨ ਜਿਵੇਂ ਉਹਨਾਂ ਦੇ ਮੂੰਹ ਰਚਿਆਂ ਦੇ ਦਿਲ ਵਿੱਚ ਉਹਨਾਂ ਦੀ ਤੋਰ ਨਾਲ ਸਹਿਮਤ ਨਾ ਹੋਣ। ਇੱਕ ਰੁੱਖੀ ਧੂੜ ਬਲਦਾਂ ਦੀਆਂ ਪੈੜਾਂ ਵਿੱਚੋਂ ਉੜ ਕੇ ਹਵਾ ਦੀਆਂ ਲਹਿਰਾਂ ਨੂੰ ਚਿੰਬੜਦੀ ਚਫੇਰੇ ਫੈਲ ਰਹੀ ਸੀ। ਬਲਦਾਂ ਦੇ ਗਲ ਘੁੰਗਰੂ ਨਹੀਂ ਸਨ, ਕਿਸੇ ਕਿਸੇ ਗੱਡੇ ਉੱਤੇ ਕੋਈ ਕੋਈ ਬਲੂਰ ਬੇਲਕਦਾ ਸੀ। ਗੱਡੀਆਂ ਉੱਤੋਂ ਲੋਥਾ ਵਰਗੇ ਭੁੱਖੇ ਪਿੰਜਰ ਵਿੱਟ ਵਿੱਟ ਝਾਕਦੇ ਸਨ। ਬਸ ਉਹ ਚੁੱਪ ਚਾਪ ਝਾਕੀ ਜਾਂਦੇ ਸਨ। ਉਹਨਾਂ ਦੇ ਪੀਲੇ ਚਿਹਰੇ ਧੂੜ ਨਾਲ ਖਾਕੀ ਬਣ ਗਏ। ਸੜੀ ਤਰੱਕੀ ਜ਼ਿੰਦਗੀ ਉੱਤੇ ਮੱਖੀਆਂ ਭਿਣਕਦੀਆਂ ਅਤੇ ਇੱਕ ਬਦਬੂ ਹਵਾ ਖੁਸ਼ਕ ਫਰਾਟਿਆਂ ਨਾਲ ਖਲਾਅ ਨੂੰ ਉੱਟ ਰਹੀ ਸੀ। ਮੈਂ ਚਾਹਿਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰੀ ਦਾ ਨੇੜੇ ਹੋ ਕੇ ਦੇਖ ਲਵਾਂ। 2 ਉਲਾਂਘਾ ਮੈਨੂੰ ਸੜਕ ਦੀ ਚਿੱਬ ਖੜੱਬੀ ਸੱਜੀ ਕੰਨੀ ਉੱਤੇ ਲੈ ਗਈਆਂ। ਇੱਕ ਮੂਹਰਿਓਂ ਗੱਡੇ ਖੜ੍ਹਨੇ ਸ਼ੁਰੂ ਹੋ ਗਏ। ਸ਼ਾਇਦ ਕਾਫਲਾ ਰੁਕਿਆ ਗਿਆ ਸੀ। ਮੈਂ ਸਰਮਈ ਸੜਕ ਉੱਤੇ ਹੋ ਗਿਆ ਅਤੇ ਬਿੰਦ ਹੀ ਬਿੰਦ ਇੱਕ ਇੱਕ ਗੱਡਾ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਹੌਲੀ ਤੁਰਨ ਲੱਗਿਆ। ਕਿਸੇ ਕਿਸੇ ਗੱਡੇ ਉੱਤੇ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਝਮਕ ਪੈਂਦੀਆਂ ਤਾਂ ਉਹ ਝੱਟ ਮੈਨੂੰ ਦੇਖਣ ਢਲ ਜਾਂਦੀਆਂ। ਹਰ ਗੱਡੀਆਂ ਮੇਰੀ ਸ਼ਕਲ ਤੋਂ ਇੱਕ ਵਾਰ ਦੜ ਜਾਂਦਾ ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ ਵਿੱਚ ਵਿਰਸ਼ ਚਮਕਦੇ ਦਿਸਦੇ ਹੋਣ। ਮੈਂ ਸੁਰਮਈ ਸੜਕ ਤੋਂ ਹਟ ਕੇ ਮੁੜ ਕੱਚੀ ਪਟੜੀ ਉੱਤੇ ਹੋ ਗਿਆ। ਕੋਈ 3 ਗੱਡਿਆਂ ਪਿੱਛੋਂ ਅਚਾਨਕ ਇੱਕ ਗੱਡੀਏ ਨੇ ਮੇਰੇ ਵੱਲ ਤੱਕਿਆ। ਉਹਦੀਆਂ ਨਜ਼ਰਾਂ ਟਲਦੀਆਂ ਟਲਦੀਆਂ ਮੁੜ ਕਰਾਰ ਫੜ ਗਈਆਂ। ਉਸ ਫਿਰ ਤੱਕਿਆ ਅਤੇ ਪਲ ਹੀ ਪਲ ਉਹਦੇ ਚਿਹਰੇ ਉੱਤੇ ਭਾਗ ਜਿਹਾ ਫਿਰ ਆਇਆ। ਉਹਦੀਆਂ ਅੱਖਾਂ ਵਿੱਚ ਲਿਸ਼ਕ ਆਈ ਜਿਹੜੀ ਇਸ ਕਾਫਲੇ ਵਿੱਚ ਬਿਲਕੁਲ ਅਣਹੋਣੀ ਹੋ ਸਕਦੀ ਸੀ। ਗੱਡੀ ਨੇ ਠੋੜ ਉੱਤੇ ਪੱਬ ਧਰਿਆ ਅਤੇ ਇੱਕ ਛਲਾਂਗ ਨਾਲ ਗੱਡੀਆਂ ਲੈ ਕੇ ਮੇਰੇ ਵੱਲ ਨੂੰ ਵਧਿਆ ਜਿਵੇਂ ਉਹਦੀ ਛਾਤੀ ਵਿੱਚ ਕੋਈ ਗੋਲਾ ਫੁੱਟ ਗਿਆ ਹੋਵੇ। ਉਹਦੀਆਂ ਖਾਖਾਂ ਉੱਤੇ ਮਾਸ ਕੰਬਿਆ ਅਤੇ ਉਹਦੀ ਭੁੱਬ ਨਿਕਲ ਗਈ। ਉਹ ਦੁੱਲਿਆ, ਬੜਾ ਮਾੜਾ ਹੋ ਗਿਆ ਯਾਰ, ਡੱਕੇ ਵਰਗਾ ਪਛਾਣਿਆ ਵੀ ਨਹੀਂ ਗਿਆ, ਮੈਂ ਉਹਨੂੰ ਦੇਖ ਕੇ ਆਖਿਆ। ਦੁੱਲੇ ਦੀ ਭੁੱਬ ਨੇ ਗੱਡੀ ਉੱਤੇ ਨਿਸਲ ਪਈ। ਲੁਟਕਦੀ ਬੇਸੁਰਤ ਜਨਾਬ ਦੇ ਕਾਲਜੇ ਉੱਤੇ ਧੱਕ ਮਾਰਿਆ। ਪਿਓ ਦਾ ਰੋਣ ਸੁਣ ਕੇ ਧੀਆਂ ਕਬਰਾਂ ਵਿੱਚੋਂ ਜਾਗ ਪੈਂਦੀਆਂ ਹਨ। ਬਾਈ ਤੂਰੇ ਆ ਜਾ, ਜਨਾਬ ਨੇ ਮੇਰੀ ਮਰੀ ਹੋਈ ਆਵਾਜ਼ ਵਿੱਚ ਆਖਿਆ। ਉਹਦੀਆਂ ਅੰਦਰਾਂ ਨੂੰ ਜਿਵੇਂ ਸੁੰਨ ਚੜ੍ਹਦਾ ਸੀ। ਉਸ ਨੇ ਮੈਨੂੰ ਪਛਾਣਿਆ ਨਹੀਂ ਸੀ ਅਤੇ ਗੱਡੇ ਤੋਂ ਦੂਰ ਹੁੰਦੇ ਪਿਓ ਨੂੰ ਉਹ ਮੌਤ ਦੀਆਂ ਦਾੜਾਂ ਵਿੱਚ ਜਾਂਦਾ ਸਮਝਦੀ ਸੀ। ਦੁੱਲਿਆ, ਬਸ ਵੀਰ ਹੁਣ ਕੋਈ ਆਪਾਂ ਕੋਈ ਗੱਲ ਕਰੀਏ। ਮੈਂ ਦੁੱਲੇ ਨੂੰ ਬੁਲਾਉਣ ਲਈ ਮੋਢੇ ਫੜ ਕੇ ਜਰਾ ਜਿੰਨਾ ਝੁਣਿਆ। ਉਹਦੀ ਬੀਣੀ ਹੰਝੂਆਂ ਨਾਲ ਤਰ ਹੋ ਗਈ ਸੀ। ਉਹਨੇ ਟੁੱਟਵੇਂ ਹੌਂਕੇ ਲੈਂਦਿਆਂ ਝੱਗੇ ਦੇ ਮਲ ਮੈਲੇ ਪੱਲੇ ਨਾਲ ਨੱਕ 'ਤੇ ਹੰਝੂ ਪੂੰਝਿਆ। ਉਹ ਰੋ ਕੇ ਹੰਬੀਆਂ ਨਾਲ ਪੀਜੂ ਅੱਖਾਂ ਨਾਲ ਉਹਨੇ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ ਅਤੇ ਇੱਕ ਨਿੰਮੇ ਹਲਾਸ ਵਿੱਚ ਹੌਲੀ ਜਿਹੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ, ਪੁੱਤ ਜਨੇਬੇ ਗੁਰਬਚਨ ਸਿਉਂ ਖੜ੍ਹਾ, ਆਪਣੀ ਪੜੋਸੀ ਮਿਲ ਲੈ। ਉਹਦੀਆਂ ਢਿੱਲੀਆਂ ਬਾਹਾਂ ਨੇ ਢਾਂਕਾ ਉੱਤੇ ਆਸਰਾ ਲੈ ਕੇ ਕੂਣੀਆਂ ਕੱਢ ਲਈਆਂ ਅਤੇ ਉਹਦੇ ਲੱਕ ਉੱਤੋਂ ਟੁੰਗੇ ਅੱਧੀਆਂ ਤਾਂਬੇ ਦੀਆਂ ਇੱਕ ਝੋਲ ਖੁੱਚਾਂ ਉੱਤੇ ਫਲਕਦੀ ਸੀ। ਮੇਰਾ ਨਾਂ ਸੁਣ ਕੇ ਜੈਨਵ ਨੇ ਵੈਣ ਫੁੱਟ ਪਏ। ਉਹਦੀਆਂ ਵੱਖੀਆਂ ਵਿੱਚ ਸਾਹ ਖਿੱਚਣ ਜੋਗਾ ਵੀ ਸੱਤ ਨਹੀਂ ਸੀ, ਪਰ ਰੋਣ ਲਈ ਜਿਵੇਂ ਉਹਦੇ ਵਿੱਚ ਕੋਈ ਉਚੇਚਾ ਜ਼ੋਰ ਆ ਗਿਆ ਹੋਵੇ। ਉਹਦੇ ਕੀਰਨਿਆਂ ਨੇ ਬਲਦਾਂ ਦੀਆਂ ਅੱਖਾਂ ਵਿੱਚੋਂ ਘਰਾਲਾ ਵਾਂਗ ਵਾਗਾਂ ਘੱਤੀਆਂ। ਦੁੱਲਾ ਸਾਡੇ ਪਿੰਡ ਦਾ ਕਹਿੰਦਾ ਕਹਾਉਂਦਾ ਰਾਠ ਗੁੱਜਰ ਸੀ। 20-20 ਕੋਹਾਂ ਵਿੱਚ ਉਹਦੀ ਧਾਕ ਸੀ। ਸਾਰੇ ਪਿੰਡਾਂ ਦਾ ਚੋਣਾ ਉਹੀ ਝਾੜਦਾ ਹੁੰਦਾ ਸੀ ਅਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਇੱਜੜ ਵੱਖ ਪਾਲਦਾ ਸੀ। ਉਹਦੀ ਸੁਪਰਦਗੀ ਵਿੱਚ ਕਦੇ
ਇਹ ਨਹੀਂ ਸੀ ਹੋਇਆ ਕਿ ਸਾਡੇ ਪਿੰਡ ਦਾ ਕੋਈ ਡੰਗਰ ਖੇਤ ਵਿੱਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਦੇ ਫਾਟਕ 'ਤੇ ਲਿਆ ਹੋਵੇ। ਇਹੋ ਜਿਹੀ ਵਿੱਚ ਘਰ ਹੋਣ ਕਰਕੇ ਸਾਡਾ ਤਾਂ ਉਹ ਖੁਸ਼ਕਾਰ ਗਵਾਂਢੀ ਸੀ, ਖਾਸ ਕਰ ਗਵਾਂਢੀ ਦੀ ਵਡਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਹ ਚੱਲਿਆ ਵੇ ਆਇਆ ਸੀ। ਸਾਡੇ ਪਿਛੋਕੜ ਪਛੂਆਂ ਦੇ ਵਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਵਾੜਾ ਸੀ। ਮੇਰਾ ਪਿਓ ਦੱਸਦਾ ਹੁੰਦਾ ਸੀ ਕਿ ਦੁੱਲੇ ਅਤੇ ਤਾਏ ਸੁਲੇਮਾਨ ਨੇ ਉਹਨਾਂ ਇੱਕ ਵਾਰ ਭਰੋਸਾ ਦਿੱਤਾ ਸੀ, ਸੌਣ ਸਿਆਂ ਤੇਰਾ ਸਾਡਾ ਮਾਲ ਕੋਈ ਦੋ ਤਾਂ ਨਹੀਂ, ਤੂੰ ਸੌ ਰਿਹਾ ਘਰ ਘਰੇ ਬੇਫਿਕਰ ਹੋ ਕੇ, ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸਾਂਭਦੇ। ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰਿਆਂ ਪਾਸ ਮੰਜਾ ਨਹੀਂ ਸੀ ਡਾਹਿਆ। ਜੈਨਮ ਮੇਰੀਆਂ ਭੈਣਾਂ ਨੂੰ ਗੂੜ੍ਹੀ ਸਹੇਲੀ ਸੀ। ਉਹਨਾਂ ਜਦੋਂ ਰਲ ਕੇ ਤਰਿੰਜਣੀ ਬੈਠਣਾ ਤਾਂ ਪਹਿਰ ਦੇ ਤੜਕੇ ਤੱਕ ਛੋਪ ਪਾਉਂਦੇ ਰਹਿਣਾ, ਇਕੱਠੀਆਂ ਤੀਆਂ ਗਾਉਣੀਆਂ, ਪੀਂਘਾਂ ਝੂਟਣੀਆਂ। ਇਹਨਾਂ ਨੂੰ ਸੂਆ ਬਹੁਤ ਰੀਤ ਇੱਕ ਹੁੰਦੀ ਸੀ। ਰਲ ਕੇ ਉਹ ਬੜੇ ਸੋਹਣੇ ਫੁਲਹਾਰੇ ਬੋਈਏ ਗੁੰਦਦੀਆਂ ਸਨ। ਸਾਡੀਆਂ ਡੱਬ ਖੜਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਂਝਾਂ ਨਾਲ ਰੰਗਲੀਆਂ ਮੂਰਤਾਂ ਹਨ। ਜੈਨਬ ਦਾ ਰਾਜ ਦਾਜ ਮੇਰੀਆਂ ਭੈਣਾਂ ਨੇ ਰਲ ਕੇ ਤਿਆਰ ਕਰਵਾਇਆ ਸੀ ਅਤੇ ਹੁਣ ਜੈਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਲੱਗ ਕੇ ਬਣਵਾ ਰਹੀ ਸੀ। ਜੈਨਬ ਬਿਲਕੁਲ ਮੈਨੂੰ ਆਪਣੀ ਸਕੀ ਭੈਣ ਜਾਪਦੀ ਸੀ। ਉਹਨੇ ਵੀਰ ਤੋਂ ਬਿਨਾਂ ਮੈਨੂੰ ਕਦੇ ਮੂੰਹ ਨਹੀਂ ਸੀ ਖੋਲ੍ਹਿਆ। ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝੱਟਮ ਚਿੱਟੀ ਹੋ ਪੈਂਦੀ ਤਾਂ ਮੇਰੇ ਤੋਂ ਨਿਰਣਾ ਨਹੀਂ ਸੀ ਹੋ ਸਕਦਾ, ਕਿਸ ਦਾ ਕਸੂਰ ਕੱਢਾਂ ਕਿਸ ਨੂੰ ਭੂਰਾਂ। ਜਦੋਂ ਡੋਲੀ ਪੈਣ ਲੱਗੀ ਸੀ ਤਾਂ ਉਹਨਾਂ ਦੀਆਂ ਮੇਲਣਾਂ ਨਾਲ ਮੇਰੀਆਂ ਭੈਣਾਂ ਵੀ ਰੋ ਰੋ ਕੇ ਹਾਰੇ ਲਾਏ ਸਨ। ਭਾਵੇਂ ਉਹਨਾਂ ਛੋਟੀਆਂ ਪੈਰੀਆਂ ਦੇ ਚਾਂਦੀ ਮੜੀਆਂ ਮੇਲਣਾਂ ਵਿੱਚ ਮੇਰੀਆਂ ਸਦੀਆਂ ਭੈਣਾਂ ਉੱਪਰੀਆਂ ਲੱਗਦੀਆਂ ਸਨ, ਪਰ ਮੈਂ ਰੂਹਾਂ ਵਿੱਚ ਫੁੱਟੇ ਦਰਦੀਲੇ ਹੇਰਿਆਂ ਵਿੱਚ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸੀ ਸਕਿਆ। ਉਹਦੇ ਵੀਰ ਅਤੇ ਪਿਓ ਨੇ ਆਪਣੀਆਂ ਨਿਮਾਣੀਆਂ ਪੱਗਾਂ ਦੇ ਕੰਨਾਂ ਉੱਤੋਂ ਲਮਕਦੇ ਗਰੀਬ ਲਾੜਾਂ ਨਾਲ ਅੱਖਾਂ ਪੂੰਝੀਆਂ ਸਨ। ਉਹ ਭਾਵੇਂ ਰਾਠ ਸਨ ਪਰ ਧੀਆਂ ਨੂੰ ਤੋਰਨ ਵੇਲੇ ਬੜੇ ਬੜੇ ਖੱਬੀ ਖਾਨ ਵੀ ਤਾਂ ਸੱਚ ਮੁੱਚ ਕੇ ਗਰੀਬ ਹੋ ਜਾਂਦੇ ਹਨ। ਜੈਨਮ ਆਪਣੇ ਮਾਮੇ ਦੇ ਕਲਾਵੇ ਵਿੱਚ ਉਹਦੇ ਗਲ ਨੂੰ ਚਿੰਬੜੀ ਇੱਕ ਅਜੀਬ ਕੰਬਦੀ ਲੈ ਵਿੱਚ ਉਹ ਕਰਕੇ ਰੋ ਰਹੀ ਸੀ। ਇਸ ਲੈ ਵਿੱਚ ਜੀਵਨ ਵਿੱਚ ਤੀਵੀਂ ਸ਼ਾਇਦ ਇੱਕੋ ਵਾਰ ਰੋਂਦੀ ਹੋਵੇ। ਉਹਦੇ ਰੋਣ ਦੀ ਥਿਰਕਦੀ ਲੈ ਵਿੱਚ ਮੇਰਾ ਦਿਲ ਘੁੱਲਦਾ ਜਾ ਰਿਹਾ ਸੀ, ਜਿਵੇਂ ਮੇਲ ਦੀਆਂ ਲਹਿਰਾਂ ਨੂੰ ਛੂਹ ਨਾਲ ਦਰਿਆ ਦੇ ਕੰਢੇ ਖੁਰ ਜਾਂਦੇ ਹਨ। ਦੋ ਹੰਝੂ ਮੇਰੀਆਂ ਵਿੱਚ ਮਣੀਆਂ ਵਿੱਚੋਂ ਨੁੱਚੜ ਕੇ ਧਰਤੀ ਉੱਤੇ ਗੋਲ ਕਣੀਆਂ ਬਣੇ ਆ ਗਏ ਸਨ। ਉਹੀ ਜੈਨਮ ਹੁਣ ਮੈਨੂੰ ਉੱਪਰਾ ਕਰ ਰਹੀ ਸੀ, ਜਿਵੇਂ ਉਹਦੇ ਦਿਲ ਵਿੱਚ ਵਸਾਹ ਉੱਡ ਗਿਆ ਹੋਵੇ, ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ। ਵੀਰ ਵੀਰ ਕਰਦੇ ਆ ਕਿਹੜਾ ਵੰਡੀਆਂ ਨਹੀਂ ਗਈਆਂ। ਇੱਕ ਮੇਰੀ ਵਿਚਕਾਰ ਵੀ ਛੁਰੀਆਂ ਚੱਲ ਰਹੀਆਂ ਸਨ। ਭੈਣ ਨੂੰ ਅੱਜ ਵੀਰ ਦਾ ਭਰੋਸਾ ਨਹੀਂ ਰਿਹਾ। ਉਸੇ ਜੈਨਮ ਦਾ ਅੰਦਰ ਅੱਜ ਮੇਰੇ ਪਰਛਾਵੇਂ ਤੋਂ ਕੰਮਦਾ ਸੀ, ਜਿਹੜੀ ਬੇਹੌਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵੱਕੜੀ ਪਾ ਕੇ ਚਿੰਬੜੀ ਸੀ ਜਦੋਂ ਆਪਣੇ ਵੀਰ ਜਮਾਲੇ ਨੂੰ। ਚੰਗਾ ਗੁਰਬਚਨ ਸਿਆਂ, ਤੂੰ ਮਿਲ ਗਿਆ ਆਖਰੀ ਮੇਲੇ। ਦੁੱਲੇ ਨੇ ਸੰਗ ਵਿੱਚ ਰੁਕੇ ਗਵਾਰ ਦਾ ਘੁੱਟ ਭਰਿਆ। ਮਸੀਂ ਰਾਹ ਲੱਭ ਕੇ ਤੰਗੜ ਦੇ ਹੋਏ ਉਹਦੇ ਅੰਦਰੋਂ ਬੋਲ ਆਇਆ, ਸਮੇਂ ਦੀ ਗੇੜ ਆ ਦੁੱਲੇ ਆ, ਕੋਈ ਵੀ ਇਹ ਚੰਦਰੀ ਵਗ ਗਈ। ਚੰਗੇ ਭਲੇ ਆਦਮੀ ਪਸ਼ੂ ਬਣ ਗਏ, ਅੱਲਾ ਜਾਣਦੇ ਬਚਨ ਸਿਆਂ। ਅਸੀਂ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ ਬੇਦੋਸ਼ੀਆਂ ਨੇ। ਦੁੱਲੇ ਦੀਆਂ ਖੁੰਝੀਆਂ ਕੋਲੋਂ ਹੇਠਾਂ ਨੂੰ ਲਮਕਿਆ ਹੋਈਆਂ ਢਿੱਲੀਆਂ ਬਰੀਕ ਮੁੱਛਾਂ ਕੰਬ ਗਈਆਂ ਅਤੇ ਉਹਦੀ ਦਾੜੀ ਦੇ ਵਲ ਬੁਰਸ਼ ਵਾਂਗ ਆਕੜੇ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਅੱਟੀ ਹੋਈ ਧੂੜ ਦੀ ਘਸਮ ਲੈ ਕੇ ਝਾਕਦੀ ਸੀ। ਸੱਚ ਨੂਰਾ, ਜਿੰਨਾ ਕੈਮੀ ਗਹੌਰ ਦੇ ਉਹ ਛੋਟੀ ਮੁੰਨੀ ਮਫਾਤਾ ਨਹੀਂ ਦਿਸੇ। ਸਭ ਨੂੰ ਆਪੋ ਆਪਣੀ ਪੈ ਗਈ ਭਾਜੜ ਵਿੱਚ, ਨਿਆਣਿਆਂ ਨੂੰ ਕਿਹਨੇ ਸਾਂਭੀਏ। ਪੀਰੂ ਡੂਮ ਦੇ ਪੁੱਤ ਨਜ਼ੀਰ ਨੇ ਦੱਸਿਆ ਕਿ ਉਹ ਗੋਰੇ ਦੀਆਂ ਚਰਾਂਦਾਂ ਵਿੱਚ ਥੇ ਕੋਲ ਪੜ ਗਏ, ਜਿੱਥੇ ਉਹ ਲਾਲ ਡਿੱਕਰੀਆਂ ਚੁੱਗ ਕੇ ਟੋਬੇ ਵਿੱਚ ਕਤਾਰੀ ਚਲਾਉਂਦੇ ਸਨ। ਦੁੱਲੇ ਦੀਆਂ ਅੰਦਰਾਂ ਨੇ ਜਿਵੇਂ ਕੋਈ ਚੁੱਪ ਰੋਣ ਝੋ ਦਿੱਤਾ ਹੋਵੇ। ਉਹਦੇ ਮੇਚੇ ਮਚਾਏ ਬੋਲ ਉੱਤੇ ਠੋਡੀ ਉੱਤੇ ਗਮ ਕੰਬ ਗਿਆ। ਮੈਂ ਜੈਨਵ ਅਤੇ ਉਹ ਗਮ ਦਾ ਛੋਟਾ ਜਾਤਕ ਹੱਸਣਾ 4 ਦਿਨ 4 ਰਾਤਾਂ ਇੱਕ ਵਿੱਚ ਲੁਕੇ ਰਹੇ ਅਤੇ ਇੱਕ ਰਾਤ ਨੂੰ ਜਦ ਅੰਬਰਾਂ ਉੱਤੋਂ ਧਰਤੀ ਉੱਤੇ ਹਨੇਰਾ ਕਿਰ ਗਿਆ, ਦਾਲ ਲਾ ਕੇ ਰੋਜੀ ਜਾ ਲਾ ਕੇ ਤਾਂ ਜਾਨ ਬਚੀ। ਖੈਰ ਚੰਗਾ ਦੁੱਲਿਆ, ਤੇਰੀ ਜਾਨ ਤਾਂ ਬਚ ਗਈ, ਸਭ ਕੁਝ ਮੁੜ ਕੇ ਸਿਵਰਜੂ। ਅੱਛਾ ਸ਼ੁਕਰ ਹੈ ਉਸ ਮਾਲਕ ਦਾ, ਦੁੱਲੇ ਨੇ ਆਸਮਾਨ ਵੱਲ ਨੂੰ ਅਦਬ ਦੀ ਸੈਨਤ ਕਰਕੇ ਆਖਿਆ। ਦੂਰ ਉੱਚੀ ਦੇ ਸਾਰੇ
ਕਾਵਾਂ ਦੀ ਡਰ ਉੱਡਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ। ਚੁੱਲ੍ਹੇ ਦੀਆਂ ਅੱਖਾਂ ਵਿੱਚ ਰੀਸ ਦਾ ਲਾਲਚ ਆਇਆ, ਜੇ ਮੈਂ ਕਿਵੇਂ ਕਾ ਬਣ ਜਾਵਾਂ, ਜਾਂਦੀ ਵਾਰੀ ਤਾਂ ਆਪਣੇ ਪਿੰਡ ਦੇ ਬਨੇਰੇ ਉੱਤੋਂ ਰੱਜ ਕੇ ਉੜ ਆਵਾਂ, ਮੇਰੀ ਜਾਨ ਨੂੰ ਕੋਈ ਧੋਖਾ ਨਹੀਂ ਹੋਵੇਗਾ, ਮੇਰਾ ਵਿਹੜਾ ਕੋਈ ਮਜ਼ਬ ਹੋਣਾ ਏ। ਡਰ ਦੂਰ ਲੰਘ ਗਈ ਜਿਵੇਂ ਕਾਵਾਂ ਦਾ ਮੱਛਰ ਬਣ ਗਿਆ ਹੋਵੇ। ਦੁੱਲੇ ਨੇ ਡਰ ਦੀ ਦੂਰੀ ਜਿੰਨਾ ਲੰਮਾ ਹੌਂਕਾ ਸੁੱਤੇ ਆ। ਪੁੱਤ ਜੈਨਵੇ ਕਰ ਲਓ ਕੋਈ ਗੱਲ ਤੂੰ ਵੀ ਵੀਰ ਖੜਾ, ਦੁੱਲੇ ਨੇ ਕੁੜੀ ਉੱਤੇ ਤਰਸ ਲਾੜ ਨਾਲ ਝਾਕਦਿਆਂ ਕਿਹਾ। ਜੈਨਵ ਦੇ ਕੀਰ ਨੇ ਹੁਣ ਟੁੱਟਵੇਂ ਡਸਕਰੇ ਬਣ ਗਏ, ਉਹਨੇ ਰੋ ਰੋ ਕੇ ਲਾਹੌਰ ਕਰ ਲਏ ਸਨ। ਉਹਦੀਆਂ ਫਾਵੇ ਹੋਈਆਂ ਚੁੰਨੀਆਂ ਅੱਖਾਂ ਪਾਣੀ ਵਿੱਚ ਡੁੱਬੀਆਂ ਛੂਈਆਂ ਮੱਛੀਆਂ ਵਾਂਗ ਲੱਗਦੀਆਂ ਸਨ। ਉਹਨੇ ਘਿੱਗੀ ਖੋਲ੍ਹੀ, ਵੀਰ ਤੂੰ ਸਾਨੂੰ ਅਜੇ ਵੀ ਰੱਖ ਲਏ, ਅਸੀਂ ਤੇਰੇ ਧਰਮ 'ਚ ਆ ਜਾਂਦੇ ਹਾਂ। ਭੈਣ ਧਰਮ ਅੱਜ ਕੋਈ ਨਹੀਂ, ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉੱਜੜਦੇ ਨਾ ਵੀਰ ਚੰਗਾ। ਜੈਨਵ ਨੇ ਪਲ ਦੀ ਪਲ ਮੇਰੇ ਵੱਲ ਅੱਖ ਪਾੜ ਕੇ ਤੱਕੇ ਆ, ਜਿਵੇਂ ਉਹ ਹਨੇਰੇ ਵਿੱਚ ਕੋਈ ਅਟੁੱਲਦੀ ਕਿਰਨ ਤਲਾਸ਼ਦੀ ਹੋਵੇ। ਪਰ ਝੱਟ ਹੀ ਉਹਦੀਆਂ ਅੱਧ ਬੁੱਝੀਆਂ ਅੱਖਾਂ ਉੱਤੇ ਧੂੜ ਧੁੱਲਿਆਂ ਭਿੱਫਣਾਂ ਲੈ ਗਈਆਂ। ਉਹਦੇ ਦਿਲ ਉੱਤੇ ਇੱਕ ਚੀਕ ਪੈ ਗਈ। ਉਹਨੇ ਮਹਿਸੂਸ ਕੀਤਾ ਭੈਣ ਨੂੰ ਘਰ ਵੱਲ ਆਉਂਦਿਆਂ ਦੇਖ ਕੇ ਨਮੂਹੇ ਵੀਰ ਦੇ ਦਰ ਭੇੜ ਲਏ। ਚੰਗਾ ਬਚਨ ਸਿਆ ਪਿੰਡ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀ, ਅਤੇ ਨਾਲੇ ਮੀਂਹ ਕਣੀ ਵਿੱਚ ਸਾਡੇ ਕੋਠੇ ਦੀ ਸਗੋਮੀ ਰੱਖੀ। ਕੋਈ ਵਿਰਲ ਚਾਹ ਨੂੰ ਖੁੱਲ੍ਹ ਜਾਏ, ਮੇਰੇ ਪੜਦਾਦੇ ਦੇ ਵਕਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈ ਹੈ। ਸੁੰਨੇ ਘਰਾਂ ਦੇ ਲਿਓੜ ਲੈ ਕੇ ਖੁੱਲ੍ਹੇ ਬਣ ਜਾਂਦੇ ਨੇ ਤੇਰੇ ਕੋਠੇ ਦੀ। ਮੇਰੇ ਮੂੰਹੋਂ ਵਿੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁੱਲਿਆ ਤੈਨੂੰ ਪੰਨਾ ਨਹੀਂ ਟੱਪਣ ਦਿੱਤਾ। ਤੇਰੇ ਜਾਂਦਿਆਂ ਜਾਂਦਿਆਂ ਉਹਦੇ ਵਿੱਚ ਭੁਬਕ ਭੋਕੇ ਵਲ ਉੱਠੇ, ਨੀਲੀਆਂ ਜੀਭਾਂ ਵਾਲੀਆਂ ਅੱਗ ਦੀਆਂ ਲਾਟਾਂ ਸੱਪਣੀਆਂ ਵਾਂਗ ਛੂਕ ਛੂਕ ਉੱਡਦੀਆਂ ਸਨ। ਜਿਨ੍ਹਾਂ ਦੀ ਲਪੇਟ ਵਿੱਚ ਤੇਰੇ ਬੋਧੇ ਕੋਠੇ ਦੀਆਂ ਕੁੱਪੀਆਂ ਕੜੀਆਂ ਤਿੜ ਤਿੜ ਕਰਕੇ ਮੁੱਕ ਗਈਆਂ, ਅਤੇ ਬੋਧੇ ਕੋਠੇ ਦੀਆਂ ਧੁਹਾਕੀਆਂ ਅਤੇ ਬੇਵਾਰਸ ਕੰਧਾਂ ਉੱਤੇ ਜ਼ਹਿਰੀ ਲਾਟਾਂ ਅਤੇ ਡੰਗਾਂ ਦੇ ਕਾਲੇ ਚਟਾਕ ਪਾ ਦਿੱਤੇ। ਪਰ ਸੱਚ ਕਈ ਵਾਰ ਸੇਲੇ ਵਾਂਗ ਵੱਜਦਾ ਹੈ ਅਤੇ ਇੰਨਾ ਦੁੱਖ ਦਿੰਦਾ ਹੈ ਕਿ ਅਸੀਂ ਉਸ ਬਾਰੇ ਨਿਸ਼ਚਿਤ ਹੁੰਦੇ ਹੋਏ ਵੀ ਸਗੋਂ ਉਸ ਨੂੰ ਝੂਠ ਸੁਣ ਕੇ ਰੂਹ ਹੀ ਖੁਸ਼ ਲੈਂਦੇ ਹਾਂ। ਦੁੱਖ ਦੇ ਦਿਲ ਉੱਤੇ ਇੱਕ ਹੋਰ ਸੈਲਾਂ ਕਿਉਂ ਗੱਡਾਂ? ਮੈਂ ਉਸ ਨੂੰ ਸੱਚ ਦੱਸਦੇ ਰੁਕ ਗਿਆ ਅਤੇ ਮਲਵੀ ਜੀਵ ਨਾਲ ਆਖ ਦਿੱਤਾ, ਤੂੰ ਬੇਫਿਕਰ ਰਹਿ ਦੁੱਲਿਆ, ਤੇਰੇ ਘਰ ਦੀ ਮੈਂ ਬਿੜਕ ਰੱਖੂੰਗਾ। ਅਸੀਂ ਸੜਕ ਦੀ ਕੱਚੀ ਪਟੜੀ ਉੱਤੋਂ ਲੈ ਕੇ ਨਿਵਾਣ ਵਿੱਚ ਹੋ ਗਏ। ਰਾਖੇ ਫੌਜੀਆਂ ਦੀ ਇੱਕ ਮਿੰਡੀ ਲਾਰੀ ਅੱਧੀ ਕੱਚੀ ਅਤੇ ਅੱਧੀ ਪੱਕੀ ਸੜਕ ਉੱਤੇ ਥੁੜਕਦੀ ਆ ਰਹੀ ਸੀ। ਘੂੰ ਘੂੰ ਕਰਦੀ ਬੁੜਕਦੀ ਲਾਰੀ ਸਾਡੇ ਕੋਲੋਂ ਦੀ ਗੁਜ਼ਰ ਗਈ। ਧੂੜ ਦਾ ਇੱਕ ਭੂਰਾ ਬੱਦਲ ਧਰਤੀ ਉੱਤੋਂ ਉੱਠ ਕੇ ਪਲਾੜ ਵਿੱਚ ਖਿੰਡਣ ਲੱਗਿਆ। ਦੂਰ ਤੱਕ ਇਸ ਮਲਦੇ ਬੱਦਲਾਂ ਉੱਤੇ ਸੰਗੀਨਾਂ ਦੀਆਂ ਤਿੱਖੀਆਂ ਜੀਵਾਂ ਲਸ਼ਕਦੀਆਂ ਜਾ ਰਹੀਆਂ ਸਨ। ਬੱਦਲ ਹੰਭ ਕੇ ਪਤਲਾ ਪੈ ਗਿਆ। ਧੂੜ ਦੀ ਖੁਸ਼ਕ ਧੌਲਕ ਕਾਫਲਾ ਉੱਤੇ ਕਿਰਕਿਰ ਜੰਮਦੀ ਗਈ। ਚੰਗਾ ਗੁਰਬਚਨ, ਅੱਲਾ ਨੇ ਚਾਹਿਆ ਤਾਂ ਕਿਤੇ ਫੇਰ ਮਿਲਾਂਗੇ, ਜਿਉਂਦੇ ਨਹੀਂ ਤਾਂ ਜ਼ਰੂਰ ਮਿਲਾਂਗੇ। ਦੁੱਲਿਆ ਤੂੰ ਉੱਧਰ ਨਾ, ਮੇਲੇ ਬਿਨਾਂ ਆਪਣਾ ਕੰਮ ਨਹੀਂ ਚੱਲਣਾ, ਆਖਿਰ ਸਾਨੂੰ ਇੱਕ ਹੋਣਾ ਪਏਗਾ। ਪਰ ਮੈਨੂੰ ਤਾਂ ਆਸ ਨਹੀਂ, ਤੂੰ ਤਾਂ ਕਮਲ ਏ, ਨੋਹਾਂ ਨਾਲੋਂ ਕਦੇ ਮਾਸ ਨਹੀਂ ਟੁੱਟਦੇ। ਇਹ ਤਾਂ ਸਾਰੇ ਅੰਗਰੇਜ਼ ਨੇ ਪਾਟਕ ਪਾਏ ਨੇ, ਸਾਨੂੰ ਚੁੱਕ ਚਮਲਾ ਕੇ ਭੂਤਣੇ ਬਣਾ ਦਿੱਤਾ, ਭਾਈ ਨੇ ਭਾਈ ਦਾ ਢਿੱਡ ਪਾਟ ਕੇ ਲੀਰਾਂ ਕਰ ਦਿੱਤਾ। ਤੁਰੋਂ ਓਏ ਸੁਲਿਓ ਸੁਲਿਓ, ਸੋਰੀ ਤੇ ਕਿਵੇਂ ਝੱਟ ਡੱਡੂਆਂ ਵਾਂਗ ਤਿੜਕ ਜਾਂਦੇ ਨੇ। ਕਾਫਲੇ ਦੇ ਨਾਲੋਂ ਨਾਲ ਪੈਦਲ ਗਸ਼ਤ ਕਰਦੇ ਫੌਜੀਆਂ ਨੇ ਹੁਣ ਜਿਨ੍ਹਾਂ ਨੇ ਮੋਢਿਆਂ ਉੱਤੇ ਚਿੱਟੀਆਂ ਜੀਭਾਂ ਵਾਲੀਆਂ ਬੰਦੂਕਾਂ ਸਨ, ਉਹਨਾਂ ਨੇ ਘਾਹ ਕੁਰਚਦਿਆਂ ਨੂੰ ਬੂਟਾਂ ਨਾਲ ਠੋ ਠੋ ਰੱਖੇ ਆ। ਜਿਹੜੇ ਕਾਫਲਾ ਖਲੋਂਦੇ ਆ ਬਲਦਾਂ ਦੇ ਢਿੱਡ ਭਰਨ ਲਈ ਵਿੰਦ ਝੱਟ ਦਾ ਲਾਹਾ ਤੱਕ ਕੇ ਧਰਤੀ ਉੱਤੋਂ ਉੱਫਣੀਆਂ ਧੁਲੀਆਂ ਉਧੇੜਨ ਲੱਗ ਜਾਂਦੇ। ਮੂਹਰਿਓਂ ਕਾਫਲਾ ਸਰਕਣ ਲੱਗੇ ਆ, ਬਲਦਾਂ ਨੇ ਤਿਲਕਦਵੀਂ ਸਲੇਟੀ ਸੜਕ ਉੱਤੇ ਮੂਹਰਲੇ ਖੁਰਕ ਅੜਾ ਕੇ ਆਪਣੀਆਂ ਧੌਣਾਂ ਉੱਤੇ ਟੱਬਰ ਟੱਬਰ ਦਾ ਭਾਰ ਖਿੱਚਿਆ। ਗਿਲਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਰਟਣ ਲੱਗੀਆਂ ਹੁਣ, ਅਤੇ ਗੱਡੀਆਂ ਦੇ ਪਾਈਏ ਧਰਤੀ ਵਿੱਚ ਧਸੇ ਹੋਏ ਸਨ ਬੇਦਿਲ ਗੱਡੀਆਂ ਨੇ ਬਲਦਾਂ ਦੀਆਂ ਪੂੰਛਾਂ ਨੂੰ ਮਰੋੜੇ ਦਿੱਤੇ ਅਤੇ ਉਹਨਾਂ ਦੇ ਪੱਟਾਂ ਵਿਚਕਾਰ ਆਪਣੀ ਪ੍ਰੈਣੀਆਂ ਦੇ ਤਿੱਖੇ ਡੰਗ ਚੋਭੇ। ਬੰਦ ਪਹੀਏ ਧੁਰਾਂ ਉੱਤੇ ਮਜਬੂਰ ਫਿਰਨ ਲੱਗੇ, ਗੋਡਿਆਂ ਦੀ ਪਸਲੀ ਪਸਲੀ ਜੜਕਣ ਲੱਗੀ ਅਤੇ ਇੱਕ ਤਿੱਖੀ ਚੀਕ ਪਹੀਆਂ ਵਿੱਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਰਲਦੀ ਕਾਫਲੇ ਦੀ ਸਮੁੱਚੇ ਚੀਕ ਬਣਨ ਲੱਗੀ। ਦੁੱਲਾ ਠੋੜ ਉੱਤੇ
ਪੱਬ ਧਰ ਕੇ ਇੱਕ ਬਲੂਕੀ ਨਾਲ ਗੱਡੇ ਦੀ ਗੱਚੀ ਉੱਤੇ ਜਾ ਬੈਠਾ। ਬਲਦਾਂ ਦੀਆਂ ਚਿੱਟੀਆਂ ਪੂੰਛਾਂ ਨੇ ਉਸਨੇ ਕੁੰਡਲ ਬਣਾ ਕੇ ਦਿੱਤੇ ਅਤੇ ਜਿਨ੍ਹਾਂ ਉੱਤੇ ਇੱਕ ਇੱਕ ਥੱਕੀ ਹੋਈ ਕਾਲੀ ਚੋਰੀ ਮਿਲਦੀ ਸੀ। ਉਸਨੇ ਆਪਣੀਆਂ ਲਮਕਦੀਆਂ ਟੰਗਾਂ ਦੇ ਅੰਗੂਠੇ ਬਲਦਾਂ ਦੀਆਂ ਪੱਟਾਂ ਵਿਚਕਾਰ ਲੋਹੇ ਅਤੇ ਉਹਦੇ ਗੋਡੇ ਦੇ ਪਾਈਆਂ ਵਿੱਚੋਂ ਇੱਕ ਵਿੰਨ ਵੀ ਚੀਕ ਨਿਕਲ ਕੇ ਮਹਾਨ ਚੀਕ ਨਾਲ ਸਵਾਰ ਹੋ ਗਈ। ਮੇਰੀ ਜੇਬ ਵਿੱਚ 3 ਰੁਪਏ 7 ਅੰਨੇ ਸਨ। 125 ਰੁਪਈਆ ਮੈਂ ਕਿਰਾਇਆ ਦੇਣਾ ਸੀ। ਮੈਂ ਤੁਰਦੇ ਤੁਰਦਿਆਂ 2 ਰੁਪਈਏ ਦਾ ਨੋਟ ਜੈਨਬ ਦੀ ਤਲੀ ਵਿੱਚ ਦੇ ਕੇ ਉਹਦੀਆਂ ਡੱਕੀਆਂ ਵਰਗੀਆਂ ਪਤਲੀਆਂ ਅਤੇ ਸੁੱਕੀਆਂ ਉਂਗਲਾਂ ਮੀਚਣ ਲੱਗਿਆ। ਵੀਰ ਤੂੰ ਰਹਿਣ ਦੇ, ਖੇਚਲ ਨਾ ਕਰ, ਫੜ ਲੈ ਭਾਈ ਮੇਰੀ ਭੈਣ, ਖੇਚਲ ਕਾਹਦੀ ਹੈ, ਮੈਂ ਤੇਰਾ ਵੀਰ ਨਹੀਂ। ਮੇਰਾ ਦਿਲ ਉੱਖੜ ਕੇ ਸੰਘ ਵਿਚਕਾਰ ਅੜ ਗਿਆ। ਮੈਥੋਂ ਖੁੱਲ੍ਹ ਕੇ ਬੋਲ ਨਹੀਂ ਹੋਇਆ। ਮੇਰੀਆਂ ਅੱਖਾਂ ਵਿੱਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ ਵਿੱਚੋਂ ਤੱਕਦਾ ਹਾਂ। ਚੰਗਾ ਵੀਰ, ਮਿੰਦੋ ਅਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ। ਜੈਨਬ ਨੇ ਮੇਰੀਆਂ ਭੈਣਾਂ ਵੱਲ ਸੁਨੇਹਾ ਦਿੱਤਾ ਅਤੇ ਨਾਲੇ ਉਹਨਾਂ ਬੇਹੀ ਵਿਹੜਿਆਂ ਨੂੰ ਜਿੱਥੇ ਨੂੰ ਮੇਰੀਆਂ ਅੰਦਰਾਂ ਭੱਜ ਭੱਜ ਜਾਂਦੀਆਂ ਨੇ। ਸਾਡੇ ਪਿਛੋਕੜਲੇ ਬਾੜੇ ਵਿਚਲੇ ਅੰਬ ਦੇ ਟੂਸੇ ਦੀਆਂ ਜੜ੍ਹਾਂ ਵਿੱਚ ਕਿਤੇ ਕਿਤੇ ਪਾਣੀ ਪਵਾ ਦਿਆ ਕਰੀ। ਉਹਦੀ ਚੱਕਲੀ ਮੈਂ ਬੜੇ ਮਲਾਰਾਂ ਨਾਲੇ ਆਪ ਲਾਈ ਸੀ। ਉਹਦੇ ਲਿਚ ਲਿਚ ਕਰਦੇ ਬੈਂਗਣੀ ਪੱਤੇ ਕਿਤੇ ਸੁੱਕ ਕੇ ਭੁਰ ਨਾ ਜਾਣ, ਜੈਨਬ ਕਹਿੰਦੀ ਗਈ, ਜਿਵੇਂ ਰੋਗੀ ਲੰਮਿਆਂ ਸਾਹਾਂ ਉੱਤੇ ਆ ਕੇ ਆਵਾ ਤਾਵਾ ਬੜਬੜਾਉਂਦਾ ਹੈ। ਲੰਬੀ ਸੰਝ ਦਾ ਥੁੱਕਿਆ ਸੂਰਜ ਪੱਛਮ ਦੀ ਗੱਠ ਉੱਤੇ ਕੌੜਾ ਹੋ ਗਿਆ ਅਤੇ ਇੱਕ ਇੱਕ ਕਰਕੇ ਗੱਡਿਆਂ ਦੀ ਲੰਬੀ ਜੰਜੀਰ ਮੇਰੇ ਕੋਲੋਂ ਸੁਰਕ ਦੀ ਮੁੱਕ ਗਈ। ਅਗਲੀ ਕਹਾਣੀ ਅਗਲੇ ਪਾਠ 'ਚ।